ਹਾਂਜੀ ਗਾਇਜ਼, ਵੈਲਕਮ ਟੂ ਅਨਦਰ ਵਲੌਗ। ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਫਿਲਹਾਲ ਗਾਇਜ਼ 5 ਵੱਜ ਗਏ ਨਾ ਸ਼ਾਮ ਦੇ, ਤਾਂ ਹੁਣ ਮੋਟਰ ਚਲਾਈ ਆ ਹੈ ਨਾ, ਨੱਕਾਂ ਨੁੱਕੇ ਵੱਢ ਕੇ ਤਾਂ ਪੌਦ ਪੱਟਣ ਲੱਗ ਗਿਆ ਨਾ, ਅਤੇ ਕਾਲੂ ਲੱਗਣ ਲਾਉਣ ਲੱਗੇ ਜਿਹੜੇ ਦੋ ਕੁ ਕਿੱਲੇ ਰਹਿੰਦੇ ਆ, ਉਹ ਵਾਜੀ ਨਿਬੜ ਜੂ, ਇਦੂ ਬਾਅਦ ਆਪਾਂ ਵਿਹਲੇ ਹੋ ਜਾਵਾਂਗੇ ਹੈ ਨਾ। ਤਾਂ ਹੁਣ ਮਾਈ ਫੋਨ ਤੋਂ ਸ਼ੂਟ ਕਰਨ ਲੱਗ ਗਿਆ, ਤਾਂ ਕਰਕੇ ਮੈਨੂੰ ਟਰਾਈਪੋਡ ਵਗੈਰਾ ਮਾਈਕ ਦੀ ਲੋੜ ਪਊ, ਕਿਉਂਕਿ ਮਾਈਕ ਛੋਟੇ ਨੇ ਹੈ ਨਾ, ਅਤੇ ਆਵਾਜ਼ ਘੱਟ ਆਉਂਦੀ ਆ। ਤਾਂ ਖਰਚਾ ਆਊਗਾ ਪਾਣੀ, ਦੋਨੇ ਪਾਸੇ ਪਾਣੀ ਜਾਂਦਾ ਚੌਲਾਂ 'ਚ, ਨਰਮੇ 'ਚ ਤਾਂ ਵਾਟਰ ਬਸ ਆ ਰਿਹਾ ਹੋਊਗਾ। ਇੱਦਾਂ ਦਾ ਮਾਹੌਲ ਹੋ ਰਿਹਾ ਨਾ, ਘੈਂਟ ਘੈਂਟ ਉੱਪਰ ਲੀਲਾ ਲੀਲਾ ਬੱਦਲ ਆ ਨਾ ਸਮਾਨ, ਤਾਂ ਲਾਸਟ ਨੱਕਾ ਰਹਿ ਗਿਆ ਬਸ। ਲਾਲ ਖੂੰਜੇ ਕੱਢਤੇ ਹੈ ਨਾ ਹਾਲਾ ਨਾਲ, ਤਾਂ ਹੁਣ ਲੈ ਕੇ ਆਉਣਾ ਤੇਲ ਨੇ, ਦੁੱਧ ਪਾਇਆ ਮੈਂ, ਉਦੋਂ ਬਾਅਦ ਕੱਦੂ ਕਰਨਾ ਹੈ ਨਾ, ਆਹ ਦੋਨੇ ਤਿੰਨੇ 2 ਕਿੱਲਾਂ ਦਾ ਕੱਦੂ ਕਰਾਂਗੇ ਹੈ ਨਾ, ਤਾਂ ਕਿ ਤੜਕੇ ਆ ਦੇਣਾ, ਉਦੋਂ ਬਾਅਦ ਟਰੈਕਟਰ ਕੱਢ ਲਾਂਗੇ, ਵੱਡਾ ਹੋਜੂ, ਬਾਕੀ ਸਟੋਰ 'ਚ ਵੀ ਫੁੱਲ ਹੋਜੂ। ਆਹ ਵਲੌਗ ਤਾਂ ਮੈਨੂੰ ਪਹਿਲਾਂ ਐਡਿਟ ਕਰਨਾ ਪਊ, ਇੰਨੀ ਖਿੱਚ ਨਾਲ ਐਡਿਟ ਕਰਨਾ ਪਊ, ਇਹ ਵੀ ਘੰਟੇ ਤੋਂ ਪਹਿਲਾਂ ਐਡਿਟ ਕਰਨਾ ਪਊ ਇਹ, ਤਾਂ ਤੇਲ ਤੂਲ ਲਿਆਉਂਦਾ ਹੈ ਨਾ ਸਭ, ਤਾਂ ਹੁਣ ਟੀਪ ਲੈ ਕੇ ਆਉਂਦਾ ਤੇਲ ਪਾਉਂਦੇ ਹਾਂ ਬਸ, ਤਾਂ ਇੱਧਰ ਇੱਧਰ ਪਾਣੀ ਛੱਡਿਆ ਹੋਇਆ ਹੈ ਨਾ, ਅਤੇ ਉੱਧਰ ਉਹ ਸਿਰਾ ਚੱਲੀ ਜਾਂਦਾ, ਤਾਂ ਬਸ 5-10 ਮਿੰਟ ਨੂੰ ਕੱਦੂ ਕਰ ਲਾਉਂਦਾ, ਇਹਨੇ 5-10 ਮਿੰਟ 'ਚ ਜੇ ਦੇਖਦਾ ਜੇ ਵੀਡੀਓ ਤਿਆਰ ਹੋ ਜਾਏ ਹੈ ਨਾ। ਹਾਂ, ਤਾਂ ਫਿਲਹਾਲ 7 ਵੱਜ ਗਏ ਨਾ ਸ਼ਾਮ ਦੇ, ਤਾਂ ਪਤਾ ਨਹੀਂ ਨਾ ਨਿਊਜ਼ ਸੱਚੀ ਆ, ਪਤਾ ਨਹੀਂ ਗਲਤ ਹੈ ਨਾ, ਵੀ ਭਗਵੰਤਮਾਨ ਦਾ ਕੱਲੂ ਪਿਆ ਹੈਗਾ, ਪਤਾ ਨਹੀਂ ਸਾਡੇ ਵਾਲਾ ਕਹਿੰਦਾ ਸੀ ਵੀ ਆਹ ਗੱਲ ਆ ਨਾ, ਪਤਾ ਨਹੀਂ ਯਾਰ, ਮੈਂ ਤਾਂ ਮੌਕਾ ਰਸੂ ਹੈ ਨਾ, ਉਹਦੇ ਖਬਰਾਂ ਆ ਰਹੀਆਂ ਨੇ ਵੀ ਹੈ ਨਾ, ਹਜੇ ਮੂਸੇ ਦਾ ਕਤਲ ਲੱਭਿਆ ਨਹੀਂ, ਵਿਆਹ ਕਰਾਉਂਦੀ ਹੋਈ ਪਈ ਆ, ਤਾਂ ਬਾਕੀ ਆਪਾਂ ਦਾ ਕੋਈ ਇਹਦੇ ਬਾਰੇ ਇੰਟਰਸਟ ਤਾਂ ਹੈ ਨਹੀਂ ਪਤਾ, ਤਾਂ ਫਿਲਹਾਲ ਉੱਧਰ ਵੱਟਾਂ ਵੱਟਾਂ ਪੁੱਛਦੀਆਂ, ਅਤੇ ਹੁਣ ਮੈਂ ਮੋਬਾਈਲ ਆਪਣੇ ਦੋਨੇ ਕੋਲ ਨੇ, ਡੈੱਕ ਡੁੱਕ ਚੱਕ ਲਿਆ ਹੈ ਨਾ, ਬਸ ਹੁਣ ਟਰੈਕਟਰ 'ਤੇ ਬਹਿੰਦੇ ਹਾਂ ਅਤੇ ਕਰਨ ਲੱਗ ਰਿਹਾ ਕੱਦੂ। ਹੋਰ ਬਾਈ ਚੁੱਪ ਰਹਿ, ਕਹਿਵਾਂ ਲੱਗ ਰਿਹਾ ਹੈ ਵਾਹੁਣ ਵਾਹੁਣ ਕੱਦੂ, ਇਟਸ ਕੱਦੂ ਹੀ next day. ਹਾਂਜੀ ਗਾਇਜ਼, ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ ਹੈ ਨਾ, ਅਤੇ ਸਵੇਰ ਸਵੇਰ ਦੇ ਵੱਜੇ ਨੇ 5, ਤਾਂ ਰਾਤ 2 ਵਜੇ ਆ ਗਈ ਸੀ ਹੈ ਨਾ ਲੈਟ, ਅਤੇ ਪਾਣੀ ਫੁੱਲ ਛੱਡ ਰੱਖਿਆ ਨਾ, 2 ਕਿੱਲੇ ਫੁੱਲ ਭਰੇ ਪੈਣੇ, ਤਾਂ 1 ਘੇਰ ਤਾਂ ਰਾਤ ਕੱਦੂ ਕੀਤੇ ਸੀ ਹੈ ਨਾ 2 ਵਾਰੀ, ਤਾਂ ਕਾਫੀ ਹਨੇਰਾ ਹੋ ਗਿਆ ਸੀ ਐਕਚੁਲੀ, ਇਕੱਲਾ ਇੱਕ ਤਾਂ ਜੀ ਮਗਲੀ ਲਾਈਟ ਖੜ ਗਈ, ਉਹ ਤੋਂ ਬਿਨਾਂ ਬਹੁਤ ਔਖਾ ਹੋਇਆ ਹੈ ਨਾ, ਤਾਂ ਫਿਲਹਾਲ 1 ਘੇਰ ਦਾ ਹੁਣ ਕਰਤਾ, ਇਹਦਾ ਵੀ 1 ਵਾਰੀ ਕਰਨ ਵਾਲਾ ਰਹਿੰਦਾ, 1 ਵਾਰੀ ਹੋਇਆ ਨਹੀਂ, ਪਤਾ 3 ਵਾਰੀ ਕਰਨਾ ਹੋਵੇ, ਤਾਂ ਆਹ ਘੇਰ ਸਾਰਾ ਪਿਆ ਹੁਣ ਲੱਗਣ ਗਿਆ ਨਾ ਆ ਕੇ।
ਸਾਢੇ ਸੱਤ ਹੋ ਗਏ ਹੈ ਨਾ ਤਾਂ ਤਿੰਨੇ ਕਹਿਰਿਆਂ ਦਾ ਕੱਦੂ ਹੋ ਗਿਆ ਅਤੇ ਦੋ ਕਹਿਰਿਆਂ ਸਾਗਾ ਵੀ ਲੱਗ ਗਿਆ ਨਾ ਦੋ ਤੇ ਜਮ੍ਹਾਂ ਤਿਆਰ ਨੇ ਕਹਿਰੇ ਤਾਂ ਇੱਕ ਕਹਿਰੇ 'ਚ ਵੀ ਕੱਦੂ ਹੋਇਆ ਹੋਇਆ ਸਾਗਾ ਰਹਿੰਦਾ ਲਾਉਣ ਵਾਲਾ ਬਸ ਹੁਣ ਅੱਜ ਨਿਬੜ ਗਿਆ ਨਾ ਜੀ ਦਾ ਬਸ ਤਾਂ ਰੋਟੀ ਰੋਟੀ ਖਾ ਕੇ ਜਾਣਾ ਵਾਪਸ ਆਏਗਾ ਤਾਂ ਹੁਣ ਡੈਡੀ ਸਾਗਾ ਲਾਈ ਜਾਂਦਾ ਹੁਣ ਮੇਰੇ ਖਾਣਾ ਲਾਤਾ ਜੀ ਕਿੱਧਰ ਨੂੰ ਕਿਵੇਂ ਜੇ ਮਾਰੀ ਜਾਂਦਾ ਫਿਰ ਉਹ ਪਾਦਾ ਸਾਗਾ ਨਹੀਂ ਮਾਰਨ ਲੱਗਿਆ ਨਾ ਸੈਟਾਂ ਸੁੱਟਾਂ ਕੱਢਦਾ ਗਾ ਬਾਕੀ ਅੱਜ ਮੌਸਮ ਬਹੁਤ ਘੈਂਟ ਆ ਨਾ ਮੀਂਹ ਵਾਲਾ ਵੈਦਰ ਹੈਗਾ ਪੂਰਾ ਫੁੱਲ ਘੈਂਟ ਆ ਟਰੈਕਟਰ ਤੋਂ ਉਤਰਿਆ ਹੈ ਨਾ ਮੈਂ ਹੁਣ ਮੈਂ ਤੇਲ ਲੈ ਕੇ ਆਉਣਾ ਐਕਚੁਲੀ ਕੱਲ੍ਹ ਢੋਲੀ ਭਰਾ ਲਿਆ ਸੀਗਾ ਪਰ ਉਹ ਮਤਲਬ ਥੋੜ੍ਹੀ ਰਹਿ ਗਈ ਹੈ ਨਾ ਤਾਂ ਹੁਣ 400-500 ਦਾ ਤੇਲ ਬਸ ਇੱਕ ਵਾਰੀ ਵਾਹ ਕੇ ਆਉਣਾ ਸਾਗਾ ਲਾਉਣਾ ਗਾ ਤਾਂ 400-500 ਦਾ ਤੇਲ ਮੁੱਕਦਾ ਨਹੀਂ ਹੈ ਨਾ ਉਹ ਚੱਲੀ ਜਾਂਦਾ ਮਗਰ ਮੈਂ ਚੱਲ ਮੈਂ ਟਰੈਕਟਰ ਮੋਟਰ ਮੋਟਰਸਾਈਕਲ 'ਤੇ ਤੇਲ ਲਿਆਉਣਾ